अस्सलाम वालेकुम नाज़रीन, तुहाडा फेवरेट सैगमेंट एक्सरसाइज सवेर नाल गिन के सवेरे सवेरे मैं मौजूद हाँ जिम्मे के रोज़ मौजूद होंदा ते तुसां मेरे नाल एक्सरसाइज करेंदे हो। नाज़रीन सर्दियां दा मौसम है ते सर्दियां नूं तुसां भी इंजॉय करेंदे पए हो, सो मैं भी इंजॉय करेंदा पिया। लेकिन सर्दियां दे विच उवें तां हर मौसम दे विच एक्सरसाइज बहुत जरूरी होंदी है, लेकिन खास तौर ते सर्दियां दे मौसम विच अगर तुसां रूटीन को जारी रखे सो एक्सरसाइज दी, तो ये इंशाल्लाह तुसां पूरी सर्दियों के फिट हो तवाना रस हो तो इंशाल्लाह कोई भी बीमारी तुहाड़े नज़दीक है ना। सी नाज़रीन शुरू करें, सब तो पहले आज की एक्सरसाइज वार्मअप टू वार्मअप जंप्स गिनो, उसके बाद बाकी एक्सरसाइजेस करे सो। जंप्स के अलावा अगर तुसा कहीं आउटडोर ते हो तो रनिंग वगैरह करके वार्मअप कर सकते हो। Yes, one, two. ਸਾਡਾ ਵਾਰਮ ਅਪ ਕੰਪਲੀਟ, ਸਟਿਚਿੰਗ ਹਲਕੀ ਜਿਹੀ। ਵਨ ਟੂ, ਪੂਰੀ ਬਾਡੀ ਨੂੰ ਤੁਸੀਂ ਟਰਨ ਕਰਕੇ ਇੱਕ ਪਾਸੇ ਮੂਵ ਕਰਨੇ ਅਤੇ ਥੋੜ੍ਹਾ ਜਿਹਾ ਸਟੇ ਕਰਨੇ, ਉਹਦੇ ਬਾਅਦ ਵੱਲਦਾ ਵਾਪਸ ਆਉਣੇ ਅਤੇ ਦੂਜੇ ਪਾਸੇ ਮੂਵ ਕਰਨਾ। ਯੈਸ, ਖਿਆਲ ਇਹ ਰੱਖਣਾ ਕਿ ਇਹਦੇ ਵਿੱਚ ਤੁਹਾਡੀ ਅਗਲੀ ਜਿਹੜੀ ਲੈਗ ਹੋਵੇ ਉਹ ਬੈਂਡ ਥੀ ਹੋਵੇ ਅਤੇ ਦੂਜੀ ਸਟਰੇਟ ਰਹੇ, ਜਿਹਦੇ ਨਾਲ ਰੱਖ ਸਕਦੇ ਹੋ। ਇਹ ਮੋਸ਼ਨ ਦੇਖੋ, ਉਹਦੇ ਬਾਅਦ ਇੱਥਾਂ ਸਟਰੈਚ ਕਰਨਾ ਤਾਂ ਕਿ ਜਿਹੜੇ ਥਾਈਜ਼ ਦੇ ਮਸਲ ਨੇ ਤੁਹਾਡੇ ਉਹ ਸਟਰੈਚ ਥੀ ਮੈਨ, ਉਹਦੇ ਬਾਅਦ ਵਾਪਸ ਸਟੇ ਕਰੋ, ਰਿਲੈਕਸ ਕਰੋ, ਉਹਦੇ ਬਾਅਦ ਦੂਜੇ ਪਾਸੇ ਮੂਵਮੈਂਟ ਦਿਓ, ਸਟੇ, ਉਹਦੇ ਬਾਅਦ ਵਾਪਸ ਇਵੇਂ ਹੀ। ਇਹਦੇ ਵਿੱਚ ਫੀਟਸ ਦੀ ਮੂਵਮੈਂਟ ਤੁਸੀਂ ਨੋਟ ਕਰੇ ਸੋ, ਫੀਟਸ ਨੂੰ ਤੁਸੀਂ ਸਟਰੇਟ ਕਰਨੇ, ਜਿਹੜੇ ਵੇਲੇ ਤੁਸੀਂ ਇੱਕ ਪਾਸੋਂ ਦੂਜੇ ਪਾਸੇ ਮੂਵ ਕਰਦੇ ਪਏ ਹੋ, ਫੀਟਸ ਨੂੰ ਤੁਸੀਂ ਮੂਵ ਕਰੇ ਸੋ, ਲੋਅਰ ਬਾਡੀ ਸਟਿਚਿੰਗ ਦੀ ਬੈਸਟ ਐਕਸਰਸਾਈਜ਼ ਹੈ, ਵਨ ਆਫ ਦਾ ਬੈਸਟ ਐਕਸਰਸਾਈਜ਼ ਆ ਸਕਦੇ ਹੋ। ਰਿਲੈਕਸ ਕਰਨ ਵਾਸਤੇ ਹਲਕਾ ਜਿਹਾ ਮੋਸ਼ਨ ਥਾਈਜ਼ ਨੂੰ, ਅਪਰ ਬਾਡੀ ਦੀ ਸਟਿਚਿੰਗ ਵਾਸਤੇ ਰੇਸ ਕਰੋ, ਆਰਮਸ ਨੂੰ ਮੋਸ਼ਨ ਦਿਓ, ਸਟਿਚ ਕਰੋ, ਇੱਕ ਪਾਸੇ ਮੂਵ, ਸਟੇ, ਉਹਦੇ ਬਾਅਦ ਵਾਪਸ। ਵਨ ਟੂ, ਥੋੜ੍ਹਾ ਜਿਹਾ ਸਟੇ, ਉਹਦੇ ਬਾਅਦ ਬਾਕੀ ਐਕਸਰਸਾਈਜ਼ ਤੇ ਆਉਂਦੇ ਹਨ। ਫਲੋਰ 'ਤੇ ਤੁਸੀਂ ਆ ਵੈਸੋ, ਉਹਦੇ ਬਾਅਦ ਅੱਜ ਨਾਜ਼ਰੀਨ ਅਸਾਂ ਐਬਸ ਦੀ ਐਕਸਰਸਾਈਜ਼ ਕਰੇ ਸੋ, ਕਿਉਂਕਿ ਪੇਟ ਦਾ ਮਸਲਾ ਜਿਹੜਾ ਹੈ ਉਹ ਜ਼ਿਆਦਾਤਰ ਦਾ ਮਸਲਾ, ਜ਼ਿਆਦਾਤਰ ਜਿਹੜੇ ਆਡੀਅੰਸ ਹਨ, ਦੇਖਣ ਵਾਲੇ ਹਨ, ਬਲਕਿ ਆਵਾਮ ਹਨ, ਉਹਨਾਂ ਸਾਰਿਆਂ ਦਾ ਸਭ ਤੋਂ ਜ਼ਿਆਦਾ ਵੱਡਾ ਪ੍ਰੋਬਲਮ ਪੇਟ ਦਾ ਹੈ, ਕਿਉਂਕਿ ਐਕਸਟਰਾ ਫੈਟਸ ਜਿਹੜੇ ਹਨ ਸਭ ਤੋਂ ਜ਼ਿਆਦਾ ਜਿਹੜਾ ਇਹ ਅਟੈਕ ਕਰਦੇ ਨੇ, ਤਾਂ ਉਹ ਜਾ ਹੁੰਦੀ ਹੈ ਤੁਹਾਡੇ ਆਪਣੇ ਪੇਟ ਦੇ ਮਸਲਸ, ਉਹਨਾਂ ਦੇ ਉੱਤੇ ਅਟੈਕ ਕਰਦੇ ਨੇ, ਤਾਂ ਉੱਥਾਂ ਐਕਸਟਰਾ ਫੈਟਸ ਜਮ੍ਹਾਂ ਥੀ ਪੈਂਦੇ ਨੇ, ਐਕਸਟਰਾ ਚਰਬੀ ਜਮ੍ਹਾਂ ਥੀ ਪੈਂਦੀ ਹੈ, ਉਹ ਕੋ ਤੁਸੀਂ ਰਿਡਿਊਸ ਕਰ ਸਕਦੇ ਹੋ ਇਹਨਾਂ ਐਕਸਰਸਾਈਜ਼ ਨਾਲ। ਮੇਰੇ ਨਾਲ ਐਕਸਰਸਾਈਜ਼ ਕਰੇ ਸੋ, ਸਟੇਟ ਤੁਸੀਂ ਲੇਟ ਬਣਨਾ, ਲੈਗਸ ਟੂ ਚਾਰਜ, ਸਾਈਕਲਿਕ ਮੋਸ਼ਨ, ਇਹ ਐਕਸਰਸਾਈਜ਼ ਨੂੰ ਕਰੋ, ਜਾ ਤੋਂ 12 ਦਫਾ ਮੋਸ਼ਨ ਦਿਓ, ਉਹਦੇ ਬਾਅਦ ਰਿਲੈਕਸ ਕਰੋ, ਉਹਦੇ ਬਾਅਦ ਇੱਕ ਦਫਾ ਵੱਲ ਕਰੋ, 3 ਦਫਾ ਕਮ ਅਜ਼ ਕਮ ਇਹ ਐਕਸਰਸਾਈਜ਼ ਨੂੰ ਤੁਸੀਂ। ਵਨ ਟੂ, ਉਹਦੇ ਇਲਾਵਾ ਇੱਕ ਤੁਸੀਂ ਬਿਹਤਰ ਤਰੀਕੇ ਨਾਲ ਵੀ ਕਰ ਸਕਦੇ ਹੋ, ਐਬਸ ਵਾਸਤੇ ਬਹੁਤ ਅੱਛੀ ਐਕਸਰਸਾਈਜ਼ ਹੈ, ਅਤੇ ਫੈਟਸ ਨੂੰ ਰਿਡਿਊਸ, ਐਕਸਟਰਾ ਚਰਬੀ ਨੂੰ ਰਿਡਿਊਸ ਕਰਨ ਵਾਸਤੇ ਬਹੁਤ ਅੱਛੀ ਐਕਸਰਸਾਈਜ਼ ਹੈ।
ਇਹ ਐਕਸਰਸਾਈਜ਼ ਨੂੰ ਵੀ 10 ਤੋਂ 12 ਦਫਾ ਤੁਸੀਂ ਕਰ ਸਕਦੇ ਹੋ। ਉਹਦੇ ਬਾਅਦ ਅਗਲੀ ਐਕਸਰਸਾਈਜ਼ ਸਾਈਡ ਵੱਲ ਲੇਟ ਬਣੋ, ਇੱਕ ਲੈਗ ਨਾਲ ਤੁਸੀਂ ਇੱਕ ਮੋਸ਼ਨ ਦੇ ਬਣੇ ਐਕਸਰਸਾਈਜ਼ ਕਰਨੀ ਹੈ। ਇਹਦੇ ਵਿੱਚ ਮੂਵਮੈਂਟ ਹੈ ਤੁਹਾਡੀ, ਪਹਿਲੇ ਲੈਫਟ ਲੈਗ ਦੀ ਕਿਉਂਕਿ ਤੁਸੀਂ ਰੇਸ ਕਰਨੇ, ਥੋੜ੍ਹੇ ਜਿਹਾ ਸਟਿਚ ਕਰਨੇ, ਸਟੇ ਕਰਦੇ, ਉਹਦੇ ਬਾਅਦ ਵਾਪਸ ਵਨ, ਉੱਥੇ ਸਟੇ ਕਰੋ ਥੋੜ੍ਹਾ ਜਿਹਾ, ਉਹਦੇ ਬਾਅਦ ਵਾਪਸ ਸਟੇ, ਵਾਪਸ ਜਿਤਨਾ ਈਜ਼ੀਲੀ ਤੁਸੀਂ ਸਟ੍ਰੈਚ ਕਰਕੇ ਉੱਤੇ ਗੇਂਦ ਬਣ ਸਕਦੇ ਹੋ ਉਤਨਾ ਗੇਂਦ ਬਣੋ, ਉਹਦੇ ਬਾਅਦ ਵਾਪਸ ਸਟੇ, ਵਾਪਸ ਵਨ ਟੂ ਵਨ ਟੂ ਵਨ ਟੂ ਵਨ ਟੂ ਵਨ ਟੂ। ਇਵੇਂ ਹੀ ਇਹ ਐਕਸਰਸਾਈਜ਼ ਦੇ ਕਾਫੀ ਸਾਰੇ ਬਹਿ ਵੀ ਤਰੀਕੇ ਹਨ, ਉਹਦੇ ਵਿੱਚ ਮੋਸ਼ਨ ਹੈ, ਤੁਸੀਂ ਇੱਕ ਕਲੋਕ ਵਾਈਜ਼ ਐਂਟੀ ਕਲੋਕ ਵਾਈਜ਼ ਮੋਸ਼ਨ ਦੇ ਸਕਦੇ ਹੋ ਪੂਰੀ ਲੈਗ ਤੋਂ, ਵਨ ਰਾਊਂਡ ਦੇ ਵਿੱਚ ਮੋਸ਼ਨ ਦਿਓ ਥਾਈਜ਼ ਦੇ ਮਸਲਸ ਵਾਸਤੇ, ਲੋਅਰ ਬੋਡੀ ਲੋਅਰ ਐਬਸ ਵਾਸਤੇ ਬੜੀ ਮੁਫੀਦ ਹੈ ਐਕਸਰਸਾਈਜ਼। ਇਵੇਂ ਹੀ ਐਂਟੀ ਕਲੋਕ ਵਾਈਜ ਮੋਸ਼ਨ, ਬਲਕਿ ਕਲੋਕ ਵਾਈਜ ਮੋਸ਼ਨ ਹੈ, ਪਹਿਲੇ ਅਸਾਂ ਐਂਟੀ ਕਲੋਕ ਵਾਈਜ ਮੋਸ਼ਨ ਕੀਤੇ, ਇਵੇਂ ਹੀ ਐਕਸਰਸਾਈਜ਼ ਕੋ ਤੁਸੀਂ ਦੂਜੇ ਪਾਸੋਂ ਕਰੋ ਤਾਂ ਕਿ ਰਾਈਟ ਲੈਗ ਦੇ ਮੋਸ਼ਨ ਵੀ ਵਾਜ਼ਿਆ ਥੀ ਵੇਲ, ਉਹਦੀ ਐਕਸਰਸਾਈਜ਼ ਵੀ ਥੀ ਵੇ। ਸਭ ਤੋਂ ਪਹਿਲੇ ਅਸਾਂ ਕੀਤੀ ਲੈਗ ਰੇਜ਼, ਉਹਦੇ ਵਿੱਚ ਰੇਜ਼ ਕਰਨੇ ਸਟੇਟ ਤੁਸੀਂ ਲੈਗਸ ਕੋ, ਵਨ ਟੂ ਵਨ ਟੂ ਵਨ ਟੂ ਵਨ ਟੂ ਵਨ ਟੂ ਵਨ ਟੂ ਵਨ ਟੂ। ਉਹਦੇ ਬਾਅਦ ਸਰਕੂਲਰ ਮੋਸ਼ਨ, ਵਨ ਯੈਸ ਵਨ ਇਵੇਂ ਹੀ ਕਲੋਕ ਵਾਈਜ਼ ਇਹ ਮੋਸ਼ਨ ਨੂੰ ਜਾਰੀ ਰੱਖੋ। ਇਵੇਂ ਹੀ ਤੁਸੀਂ ਸਟਿਚ ਕਰ ਸਕਦੇ ਹੋ ਸਟਰੇਟ ਵੀ, ਇੱਕ ਵਨ ਸਟੇ ਕਰੋ ਇੱਥਾ, ਉਹਦੇ ਬਾਅਦ ਵਾਪ ਸਟੈਚ ਬੈਂਡ ਸਟੈਚ ਹਲਕਾ ਜਿਹਾ, ਉਹਦੇ ਬਾਅਦ ਰਿਲੈਕਸ ਬੈਂਡ ਸਟੈਚ ਥੋੜ੍ਹਾ ਜਿਹਾ। ਤੁਸੀਂ ਜ਼ਿਆਦਾ ਸਟਿਚ ਕਰਨਾ ਚਾਹੁੰਦੇ ਹੋ ਤਾਂ ਥੋੜ੍ਹਾ ਜਿਹਾ ਤੁਸੀਂ ਸਾਰਾ ਵੀ ਗਿਣ ਸਕਦੇ ਹੋ ਹੱਥ ਦਾ। ਬੇਸਿਕਲੀ ਸਟਿਚਿੰਗ ਜਿਹੜੀ ਹੈ ਮਸਲਸ ਨੂੰ ਸਟਰੋਂਗ ਕਰਨ ਦਾ ਇੱਕ ਤਰੀਕਾ ਹੁੰਦਾ ਹੈ, ਮਸਲਸ ਨੂੰ ਜਿਤਨਾ ਸਟਿਚ ਕਰੇ ਸੋ ਉਹਦੇ ਬਾਅਦ ਰਿਲੈਕਸ ਸੀ ਸਨ ਅਤੇ ਮਸਲ ਉਤਨੇ ਜ਼ਿਆਦਾ ਉਹਨਾਂ ਦੇ ਵਿੱਚ ਐਨਰਜੀ ਆ ਸੀ, ਸਟਰੈਂਥ ਆ ਸੀ। ਜੀ ਨਾਜ਼ਰੀਨ, ਉਮੀਦ ਹੈ ਕਿ ਤੁਸੀਂ ਮੇਰੇ ਨਾਲ ਕੀਤੀ ਹੋ ਸੀ ਅੱਜ ਦੀ ਐਕਸਰਸਾਈਜ਼, ਅਤੇ ਤੁਹਾਨੂੰ ਕਾਫੀ ਮਜ਼ਾ ਆਇਆ ਸੀ, ਇੰਜੋਏ ਕੀਤਾ ਸੀ। ਇਹ ਐਕਸਰਸਾਈਜ਼ ਨੂੰ ਤੁਸੀਂ ਡੇਲੀ ਰੂਟੀਨ ਵਿੱਚ ਵੀ ਕਰ ਸਕਦੇ ਹੋ, ਅਗਰ ਤੁਹਾਡਾ ਤੁਸੀਂ ਇਹ ਸਮਝਦੇ ਹੋ ਕਿ ਤੁਹਾਡੇ ਜਿਹੜੇ ਹਨ ਫੈਟਸ ਜਿਹੜੇ ਹਨ ਕਮੀ ਦੇ, ਯਾਨੀ ਪੇਟ ਦੇ ਫੈਟਸ ਜਿਹੜੇ ਹਨ ਕੋਈ ਐਕਸਟਰਾ ਹਨ, ਥੋੜ੍ਹੀ ਜਿਹੀ ਚਰਬੀ ਜ਼ਿਆਦਾ ਹੈ, ਅਤੇ ਉਹ ਫਾਜ਼ਿਲ ਚਰਬੀ ਵਾਸਤੇ ਇਹ ਐਕਸਰਸਾਈਜ਼ ਅੱਜ ਦੀ ਜਿਹੜੀ ਅਸਾਂ ਕੀਤੀ ਕਾਫੀ ਮੁਫੀਦ ਹਨ ਅਤੇ ਕਾਫੀ ਕਾਰਗਰ ਸਾਬਿਤ ਕਰ ਸਕਦੇ ਹਨ ਅਗਰ ਤੁਸੀਂ ਇੱਕ ਡੇਲੀ ਕਰੋ। ਜਦੋਂ ਡੇਸੋ ਕੱਲ੍ਹ ਵੱਲ ਮਿਲ ਸਾਂ ਬਈ ਐਕਸਰਸਾਈਜ਼ ਨਾਲ, ਕੱਲ੍ਹ ਤੱਕ ਅੱਲਾ ਹਾਫਿਜ਼।